ਸਤ ਸ੍ਰੀ ਅਕਾਲ ਦੋਸਤੋ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਮਿਹਨਤਾਂ ਕੀਤੀਆਂ ਤਾਂ ਉਹ ਬੁਢਾਪੇ ਦੇ ਵਿੱਚ ਬੈਠ ਕੇ ਖਾਂਦੇ ਨੇ ਤੇ ਜਿਹੜੇ ਲੋਕ ਜਵਾਨੀ ਦੇ ਵਿੱਚ ਕੰਮ ਨਹੀਂ ਕਰਦੇ ਉਹਨਾਂ ਨੂੰ ਸਾਰੀ ਜ਼ਿੰਦਗੀ ਕੰਮ ਕਰਨਾ ਪੈਂਦਾ ਬਲਕਿ ਬੁਢਾਪੇ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਹੱਡ ਤੋੜਨੇ ਪੈਂਦੇ ਨੇ ਪਰ ਦੋਸਤੋ ਉੱਥੇ ਹੀ ਗੱਲ ਕਰੀਏ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੈਲ ਰਹੀ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸ਼ਖਸ ਜੋ ਕਿ 17 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਆਪਣੇ ਘਰ ਪਰਤਦਾ ਹੈ ਤੇ ਕਿਸ ਤਰ੍ਹਾਂ ਆਪਣੀ ਧਰਮ ਪਤਨੀ ਨੂੰ ਮਿਲਦਾ ਹੈ ਇੱਕ ਇਮੋਸ਼ਨਲ ਕਰ ਦੇਣ ਵਾਲਾ ਪਲ ਹੁੰਦਾ ਦੱਸ ਦਈਏ ਕਿ ਇਸ ਵੀਡੀਓ ਬਾਰੇ ਜਾਣਕਾਰੀ ਮਿਲੀ ਹੈ ਕਿ ਦੁਆਬੇ ਇਲਾਕੇ ਦੀ ਇਹ ਵੀਡੀਓ ਜਿੱਥੇ ਕਿ ਸਖਸ਼ 17 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਜਰਮਨ ਤੋਂ ਵਾਪਸ ਆਪਣੇ ਘਰ ਪਰਤਦਾ ਦੱਸ ਦਈਏ ਕਿ ਉੱਥੇ ਹੀ ਲੋਕ ਵੀ ਮਿਲੇ ਜੁਲੇ ਪ੍ਰਤੀਕਰਮਾਂ ਦੇ ਰਾਹੀਂ ਇਸ ਵੀਡੀਓ ਤੇ ਆਪਣੇ ਹਾਪਾ ਪ੍ਰਗਟ ਕਰ ਰਹੇ ਨੇ ਜਿੱਥੇ ਜ਼ਿਆਦਾਤਰ ਲੋਕ ਇਸ ਵੀਡੀਓ ਨੂੰ ਦੇਖ ਕੇ ਇਮੋਸ਼ਨਲ ਹਨ ਅਤੇ ਕਹਿਣਾ ਹੈ ਕਿ ਜੋ ਪਛਤਾਵਾ ਵੀ ਹੁੰਦਾ ਜੋ ਇੱਕ ਕਿਸੇ ਨੂੰ ਸਜ਼ਾ ਵੀ ਮਿਲਦੀ ਹੈ ਉਹ ਵੀ 12 ਸਾਲ ਬਾਅਦ ਖਤਮ ਹੋ ਜਾਂਦੀ ਹੈ ਪਰ ਇਹ ਇੰਨਾ ਲੰਮਾ ਸਮਾਂ ਤੱਕ ਇੱਕ ਪਤਨੀ ਆਪਣੇ ਪਤੀ ਨੂੰ ਉਡੀਕਦੀ ਰਹੀ ਜਿੱਤੇ ਇੱਕ ਪਤੀ ਆਪਣੀ ਸਾਰੀ ਜਵਾਨੀ ਆਪਣੇ ਬੱਚਿਆਂ ਦੇ ਲਈ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦੇ ਵਿੱਚ ਖੱਜਲ ਹੋਇਆ ਉੱਥੇ ਪਤਨੀ ਨੇ ਵੀ ਸਦਕ ਦੇ ਨਾਲ ਆਪਣੇ ਪਰਿਵਾਰ ਨੂੰ ਪਿੱਛੇ ਸੰਭਿਆ ਅਤੇ ਆਪਣੇ ਪਤੀ ਦਾ ਇੰਤਜ਼ਾਰ ਕੀਤਾ ਜੋ ਕਿ ਅੱਜ ਕੱਲ ਦੇ ਜੋੜਿਆਂ ਦੇ ਲਈ ਅਤੇ ਅੱਜ ਕੱਲ ਦੇ ਸਮਾਜ ਦੇ ਵਿੱਚ ਵਿਚਰਦੇ ਲੋਕਾਂ ਦੇ ਲਈ ਇੱਕ ਵੱਡਾ ਸਨੇਹਾ ਇੱਕ ਵੱਡਾ ਇੱਕ ਤਸੱਲੀ ਦੇਣ ਵਾਲਾ ਪਲ ਹੈ ਜੋ ਕਿ ਦੱਸਦਾ ਹੈ ਕਿ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਲਈ ਇੱਕ ਸਖਸ਼ ਨੇ ਜਿੱਥੇ ਆਪਣੀ ਸਾਰੀ ਜਵਾਨੀ ਵਿਦੇਸ਼ਾਂ ਦੇ ਵਿੱਚ ਕੱਢ ਦਿੱਤੀ ਉੱਤੇ ਉਸ ਦੀ ਪਤਨੀ ਨੇ ਵੀ ਸਦਕ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ ਅਤੇ ਆਪਣੇ ਪਤੀ ਦਾ ਇੰਤਜ਼ਾਰ ਕੀਤਾ। ਦੋਸਤੋ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਜਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਵੀ ਪਤਾ ਲੱਗਿਆ ਕਿ ਇੱਕ ਪਲ ਤੇ ਲਈ ਤਾਂ ਰਿਸ਼ਤੇਦਾਰਾਂ ਨੇ ਵੀ ਇਹ ਮੰਨ ਲਿਆ ਸੀ ਕਿ ਸ਼ਾਇਦ ਇਹ ਸਖਸ਼ ਹੁਣ ਕਦੇ ਵੀ ਵਾਪਸ ਪਿੰਡ ਨਹੀਂ ਪਰਤੇਗਾ। ਸ਼ਾਇਦ ਉਸ ਨੇ ਆਪਣੀ ਕੋਈ ਅਲੱਗ ਦੁਨੀਆ ਬਸਾ ਲਈ ਹੈ। ਪਰ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਲੰਮੇ ਸਮੇਂ ਬਾਅਦ ਇਹ ਘਰ ਪਰਤੇ ਆ ਹੋਰ ਤਾਜ਼ਾ ਖਬਰਾਂ ਲਈ ਬਣੇ ਰਹਿਣਾ ਲਿਮਿਟਿਡ ਗਿਆਨ ਦੇ ਨਾਮ ਮਿਲਦੇ ਹਾਂ ਜਲ ਧੰਨਵਾਦ